बड़े तंग करे झोने का 10 दिन हो गया रुली जाता मैं तपा था उ ₹200 चल जी पैसे पुछे ना बन गया चल अपना संसार निकल गया दो चार दिन जेड़े लाने हैं लाया जवाक आने मैं 4 दिन ना पिंड लाऊंगी भेने तो मैं भी कुड़े जान की तैयारी करी जाती सी आगू नू ते देगू नू छुट्टियां हुण लै तुसी आ दिवाली वेले छुट्टी हुई है तां आईयां सी तुसी उदों जो आए होंदे मेरी गल सुन बड़े दिनों के दिन कौन जाता हूं सियाने कहते तो होंगे भी बड़े दिनों के दिन पहला आपका घर ही चंगा होंगे कोई ना भेने तुम फिर जाया हो हूं ना मेरी भेन के जवाक आए हुए ने मैनू जाया आन दो मैं उन्होंने मिल आऊंगी मेरी गल सुन तू भी पेकी जाना मैं भी पेकी जाना तू अड जाना मैं अड जाना तू मेरे नाल सरीका क्यों कर दी है मैं कहना तेरे पेकी जानी है मेरे पेकी तो नहीं जाती घर के काम तो होंगे मैं चल मेरे मगरों तुम सामभ लो गे हम घर के काम मेरे नाल तो नहीं बनने भी सदा मैं ही करनी है भेज तू तो यही करती हूँ जो मैं जाना हूँ ना जान बुझ के बिच टंग पसा के बह जानी हाँ आखिर मैं भी जाना नहीं तू ठंडे दिमाग नाल का तो नहीं सोचती जो तो जवाक तो अपने नाल जा वड़न गए है कला तेरा बाई रह गया तेरे वाला बंदा तो बहर है तो मां कले बाई नू रोटी नहीं दे सकती जो आप जवाकों ले जाएगा तो फिर मां हूँ कह खतर कम आऊगी अपने हाँ ये भी है लै आ तो मेरा दिमाग इन कम कर घरे तो कला बाई रह जू मम्मी बाई की आपकी रोटी तो ला ही सकती है तो फिर उही तो गल है तू तो मेरे नाल लड़ने तैयार हो जानी है दिमाग तू भी नहीं लाँदी हूँ भी जो जवाक तो अपने नाल जा बनगे पिछों काम किन्ने के रह जाएंगे दोनों माँ पुत रल मिल के कर लेंगे चलो कोई गल नहीं तुम भी पैकिंग करो तो मैं भी करती हाँ मैं तो जाऊंगी फिर मैं तो 2 दिन हूँ बद ही ला के आऊ नहीं तू तो 2 दिन पाँदी 4 दिन बद लाया मैं तो हजे तेरे बाई तो पुछना अज झोना तुल गया तो कणक बीजी पई है तो मैं तो समझी ना 2-4 दिन हूँ लाई आवा हूँ फिर कह पहुँचना तेन पता ही है ठंड बाली हो जाती है ना तो इवें घर औखा हो जाता तो नाले अगले को औख देनी उदू तो पहले पहले ही जाया समझी आँदे ही रूगा उन्होंने पुछ ही लवा मेरा भी ना दिमाग नहीं कम करता है मैं भी दीदी नूं ही लड़न पै जानी हाँ मैं तो सोचा नहीं है उन्हें अड जाना मैं अड जाना
ਵੀਰੇ ਨੇ ਦੋ ਰੋਟੀਆਂ ਬੇਬੇ ਨੇ ਲਾ ਹੀ ਲੈਣੀਆਂ ਨੇਗੀਆਂ ਪਰ ਉਹ ਇੱਕ ਗੱਲ ਆ ਬੇਬੇ ਹੈ ਬਹੁਤ ਚਲਾਕ ਉਹਨੇ ਉਹਦੀ ਕਹਿ ਦੇਣਾ ਵੀ ਇੱਕ ਜਾਣੀ ਤਾਂ ਮੇਰੇ ਨਾਲ ਵੀ ਰਹਿ ਜਾਓ ਮੇਰਾ ਤਾਂ ਜੀ ਨਹੀਂ ਲੱਗਣਾ ਨਾ ਬੇਬੇ ਨੇ ਤਾਂ ਸੌ ਬਹਾਨਾ ਕੱਢ ਹੀ ਲੈਣਾ ਮੈਂ ਕਰਦੀ ਹਾਂ ਇਦੂ ਪਹਿਲਾਂ ਕੋਈ ਦੀਦੀ ਗੱਲ ਕਰੇ ਮੈਂ ਹੀ ਮੰਮੀ ਨਾਲ ਗੱਲ ਕਰ ਲੈਂਦੀ ਹਾਂ ਕਿ ਮੰਮੀ ਮੈਂ 4 ਦਿਨ ਪਿੰਡ ਲਾ ਕੇ ਆਉਣੇ ਆ ਜੇ ਦੀਦੀ ਨੇ ਗੱਲ ਕਰ ਲਈ ਫਿਰ ਮੰਮੀ ਨੇ ਕਹਿ ਹੀ ਦੇਣਾ ਵੀ ਲੈ ਕੁੜੇ ਮੈਨੂੰ ਇਕੱਲੀ ਨੂੰ ਛੱਡ ਗਈਆਂ ਚੱਲ ਇਹ ਕਰਦੀ ਹਾਂ ਕਿਤੇ ਦੀਦੀ ਨਾਲ ਗੱਲ ਕਰ ਲਈ ਚਾਹ ਫੜਾਉਣ ਗਈ ਮੈਂ ਹੀ ਗੱਲ ਕਰਕੇ ਆਉਂਦੀ ਹਾਂ ਮੰਮੀ ਕੀ ਕੀ ਆਨੇ ਹੋ ਮੈਂ ਖਾਂ ਮੈਂ ਪਾਲਕ ਦੀ ਚੀਰ ਕੇ ਰੱਖ ਲਿਆ ਮੈਂ ਖਾਂ ਭੁਰਜੀ ਬਣਾ ਲਾਂਗੀ ਅੱਛਾ ਉਹ ਇੰਨੀ ਕੁ ਪਾਲਕ ਦੀ ਕੀ ਭੁਰਜੀ ਬਣੂਗੀ ਕੋਈ ਨਹੀਂ ਇੰਨੀ ਕੀ ਬਹੁਤ ਆਪਾਂ ਰੱਖ ਕੇ ਦੇਖੀ ਜਾਊਗੀ ਮੰਮੀ ਹਾਂ ਮੈਂ ਤਾਂ ਤੁਹਾਡੇ ਨਾਲ ਗੱਲ ਕਰਦੀ ਸੀ ਕੀ ਗੱਲ ਕਰਦੀ ਸੀ ਕੋਈ ਚੱਜ ਦੀ ਕਰੀ ਮੈਂ ਤਾਂ ਐਂ ਕਹਿੰਦੀ ਸੀ ਵੀ ਮੈਂ ਨਾ 4 ਕੁ ਦਿਨ ਪਿੰਡ ਜਾਣਾ ਪਿੰਡ ਹਾਂ ਪਿੰਡ ਕੁੜੇ ਮੈਂ ਤਾਂ ਨਾ ਹੁਣ ਜਾਣਾ ਗੋਪਾਲ ਨੂੰ ਜੁਨ ਤੁਰਨਾ ਤੇ ਘਰੇ ਇੰਨੇ ਧੰਦੇ ਆ ਤੇ ਇੰਨੇ ਧੰਦੇ ਦੱਸ ਉਹ ਕੱਲੀ ਕਿਵੇਂ ਸੰਭਾਲੂਗੀ ਮੰਮੀ ਜਵਾਕਾਂ ਤਾਂ ਛੁੱਟੀਆਂ ਹੋ ਜਾਣੀਆਂ ਉਹਨਾਂ ਨੂੰ ਸਕੂਲ ਭੇਜਣ ਦੀ ਟੈਨਸ਼ਨ ਤਾਂ ਰਹਿਣੀ ਨਹੀਂ ਹੈਗੀ ਕੁੜੇ ਤਾਂ ਵੀ ਖੇਤੀ ਦਾ ਚੱਲੀ ਜਾਂਦਾ ਹੈ ਜਵਾਕਾਂ ਨੂੰ ਤਾਂ ਛੁੱਟੀਆਂ ਹੋ ਜਾਣਗੀਆਂ ਤੇ ਖੇਤ ਦਾ ਕਿੰਨਾ ਕੰਮ ਆਏਗਾ ਇੱਕ ਤਾਂ ਨਾਰਮਾ ਨਮੇੜੀ ਜਾਂਦੇ ਨੇ ਕੋਈ ਨਾ ਦਿਹਾੜੀਆਂ ਦੱਪੇ ਜਾਂਦੇ ਆ ਬਾਗ ਜਾਂਦੇ ਦੀ ਕਿਹ ਕਦੋਂ ਕਰਦੀਆਂ ਹੁਣ ਮੇਰੀ ਭੈਣ ਖਾਸੇ ਟਾਈਮ ਬਾਅਦ ਆ ਰਹੀ ਆ ਤੇ ਉਹਦੇ ਜਵਾਕ ਵੀ ਆਉਣਗੇ ਨਾਲ ਮੈਨੂੰ ਐ ਮੈਂ ਉਹਨਾਂ ਨੂੰ ਮਿਲ ਆਉਂਗੀ ਤੇਰੀ ਭੈਣ ਨੂੰ ਇੱਥੇ ਦੇਣ ਦੀ ਸਨੇਹਾ ਵੀ ਮੈਂ ਜਾਂਦੀ ਮੰਮੀ ਹੁਣ ਪੇਕੇ ਤਾਂ ਪੇਕੀ ਹੁੰਦੇ ਨੇ ਜਾ ਆਉਂਦੇ ਨੇ ਕੋਈ ਨਾ ਦੀਦੀ ਹੈਗੀ ਤਾਂ ਹੈਗੀ ਆ ਨਹੀਂ ਮੈਂ ਤਾਂ ਐਂ ਕਹਿੰਦੀ ਸੀ ਵੀ ਕੱਲੀ ਔਖੀ ਹੋਊਗੀ ਕੰਮ ਕਰਦੀ ਉਹ ਵੀ ਕੱਲੀ ਤੋਂ ਨਹੀਂ ਲੋਟ ਆਉਣੇ ਕੰਮ ਜੇ ਮੈਂ ਇਹਨਾਂ ਗੋਪਾਲ ਮੋਚਣ ਜਾਣਾ ਹੁੰਦਾ ਫਿਰ ਤਾਂ ਚੱਲ ਮੈਂ ਤੈਨੂੰ ਐਂ ਕਹਿ ਦਿੰਦੀ ਵੀ ਭਾਈ ਵੱਗ ਜਾ ਹੁਣ ਤੂੰ ਤਾਂ ਮੇਰੇ ਉਧਰੋਂ ਤਾਂ ਮੈਂ ਗੋਪਾਲ ਮੋਚਣ ਦਾ ਵਿੱਢ ਲਿਆ ਹੁਣ ਤੂੰ ਤਾਂ ਮੇਰੇ ਵਿੱਚ ਲੱਗ ਗਈ ਭੁੱਖ 'ਚ ਸੋਟੇ ਮਾਰ ਵੀ ਬੁੜੀ ਜਾਂਦੀ ਹੈ ਤਾਂ ਸਰੀਕਾ ਕਰ ਦਿਓ ਨਹੀਂ ਮੰਮੀ ਸਰੀਕਾ ਨਹੀਂ ਕਰਦੀਆਂ ਨਾ ਜਦੋਂ ਮੇਰਾ ਵਿਆਹ ਨਹੀਂ ਹੋਇਆ ਤੇ ਉਦੋਂ ਵੀ ਤਾਂ ਤੁਸੀਂ ਗੋਪਾਲ ਮੋਚਣ ਜਾਂਦੇ ਹੋਵੋਗੇ ਨਾਲੇ ਆਏ ਸਾਲ ਜਾਂਦੇ ਹੋ ਹਨਾ ਵੀ ਉਦੋਂ ਵੀ ਤਾਂ ਦੀਦੀ ਕੰਮ ਸਾਂਭਦੀ ਹੋ ਸੀ ਕੁੜੇ ਮੈਂ ਤਾਂ ਨਾ ਉਦੋਂ ਕੰਮ ਤੇ ਉਹਨੂੰ ਕੰਮ ਵਾਲੀ ਨੂੰ ਆਪਣੇ ਨੂੰ ਕਹਿ ਜਾਂਦੀ ਸੀ ਭਾਈ ਭਾਈ ਇਹਦੇ ਨਾਲ ਭਾਂਡੇ ਭੁੰਡੇ ਮਜਾ ਦੀ ਮੈਂ ਤਾਂ ਉਦੀ ਦੀ ਜਾਂਦੀ ਹਾਂ ਗੋਪਾਲ ਮੋਚਣ ਫਿਰ ਉਹੀ ਗੱਲ ਘਰ ਦੇ ਬੰਦੇ ਦਾ ਹੁਣ ਅਗਲੇ ਨੂੰ ਵੀ ਨਹੀਂ ਬੰਨਿਆ ਜਾਂਦਾ ਅੱਗੇ ਤਾਂ ਹੁਣ ਉਹ ਬੰਨੀ ਹੋਈ ਸੀ ਕੰਮ ਦੀ ਆਪਣੇ ਆ ਜਾਂਦੀ ਸੀ ਤੇ ਹੁਣ ਉਹ ਭਾਈ ਆਪਦੇ ਕੰਮ ਧੰਦੇ ਲੱਗ ਗਈਆਂ ਦਿਹਾੜੀ ਦੱਪੇ ਜਾਣ ਹੁਣ ਉਹ ਅਗਲੀ ਕੀ ਪਤਾ ਘਰੇ ਹੋਊਗੀ ਕਿ ਨਾ ਜੇ ਤੂੰ 2-4 ਦਿਨ ਪਹਿਲਾਂ ਦੱਸਦੀ ਚੱਲ ਮੈਂ ਉਹਦੇ ਕੋਲੇ ਜਾ ਜਾਂਦੀ ਮੰਮੀ ਮੈਂ ਨਹੀਂ ਦੱਸਦੀ ਦੀਦੀ ਨੂੰ ਤੁਹਾਨੂੰ ਦੀਦੀ ਦਾ ਡਰ ਆ ਵੀ ਉਹ ਕਹੂਗੀ ਪਿਓ ਨੂੰ ਭੇਜਤਾ ਮੈਨੂੰ ਮੇਰੇ ਨਾਲ ਕੰਮ ਪਾਤਾ ਮੰਮੀ ਬਣ ਕੇ ਭਾਗ ਜਾਂਦੇ ਮੰਮੀ ਦੇਖੀ ਕੁੜੇ ਚੱਲ ਮੈਂ ਤਾਂ ਉਹ ਤਾਂ ਤੈਨੂੰ ਕਹੀ ਨਹੀਂ ਹੈ ਚੱਲ ਤੇਰੀ ਮਰਜ਼ੀ ਹੈ ਮੈਂ ਤਾਂ ਕਹਿ ਦਿੰਦੀ ਹਾਂ ਭਾਈ ਵੱਗ ਜਾ ਅਤੇ ਪਰ ਉਹਦੇ ਕੋਲ ਸਾਨੂੰ ਸੱਸ ਨੂੰ ਹਾਂ ਨਾਲ ਲੜਾ ਦੀਆਂ ਖੂਗੀ ਇਹਨੂੰ ਤਾਂ ਕਹਿ ਦਾ ਉਹ 4 ਕੁ ਦਿਨ ਹੋ ਗਏ ਉਹਦੇ ਕਹਿ ਕੇ ਹੱਡੀ ਸੀ ਕਿ ਮੈਂ ਪਿੰਡ ਮਿਲ ਕੇ ਆਉਣਾ ਅਤੇ ਮੈਂ ਆਖਾਂ ਇਹਦੇ ਕੰਮ ਦੀ ਰੁੱਤ ਵੀ ਰਹਿਣ ਦੇ ਆਖੂਗੀ ਹੁਣ ਇਹਨੂੰ ਛੋਟੀ ਨੂੰ ਕਿਵੇਂ ਹਾਂ ਕਰਦੀ ਚੱਲ ਠੀਕ ਆ ਮੰਮੀ ਮੈਂ ਇਹ ਦੱਸ ਦਿਆਂਗੀ ਤੂੰ ਵੀ ਨਾ ਦੱਸੀ ਠੀਕ ਆ ਮੈਂ ਤਾਂ ਕੀ ਦੱਸਣਾ ਮੈਂ ਤਾਂ ਕਹੂੰਗੀ ਹੁਣ ਵੀ ਮੈਂ ਤਾਂ ਭਾਈ ਕਿਹਾ ਉਹਨੂੰ ਦੋਨੇ ਹੱਥੀ ਮੇਰੀ ਗੱਲ ਸੁਣੋ ਮੈਂ ਬਾਗੀ ਉੱਤੇ ਜਾਊਂਗੀ ਜੇ ਤੁਸੀਂ ਗੋਪਾਲ ਮੋਚਣ ਜਾਣਾ ਹੋਊਗਾ ਤੁਹਾਡੀ ਬੱਸ ਸਵੇਰੇ 5 ਵਜੇ ਤੁਰੂਗੀ ਤੇ 10 ਵਜੇ ਨੂੰ ਮੈਨੂੰ ਮੇਰਾ ਭਾਈ ਆ ਕੇ ਲੈ ਜਾਊਗਾ ਆਈ ਕਰ ਲਾਂਗੇ ਆਪਾਂ ਚੱਲ ਫਿਰ ਵੇਖ ਲਾ ਬਾਬੂ ਜੀ ਹੈ ਚੰਗਾ ਬਾਬੂ ਜੀ ਚੱਲ ਠੀਕ ਆ ਚੰਗਾ ਮੰਮੀ ਮੈਂ ਨਾ ਕੱਪੜੇ ਪਾ ਲਾਂ ਚੰਗਾ ਚੱਲ ਕੱਖ ਨਾ ਪਾ ਪੂਤ ਆਈ ਕਰ ਦੇਣਗੀਆਂ ਵਿੱਚ ਹੁਣ ਹੋਰ ਉਹੀ ਗੱਲ ਜੇ ਉਹਨੂੰ ਪਤਾ ਲੱਗ ਗਿਆ ਚਲੋ ਤਾਂ ਉਹਨੂੰ ਕੀ ਪਤਾ ਲੱਗੂਗਾ ਹੁਣ ਆਪਾਂ ਤਾਂ ਹਾਂ ਕਰਤੀ ਆਈ ਨਹੀਂ ਪਤਾ ਕੱਲ੍ਹ ਨੂੰ ਦੋਨੇ ਇੱਕੋ ਜਿਹੀਆਂ ਹੋ ਜਾਣ ਇੱਕ ਦੂਜੀਆਂ ਸੱਸ ਨੂੰ ਤਾਂ ਨਿੰਦਣੀ ਲੱਗ ਜਾਣਗੀਆਂ ਉਹੀ ਗੱਲ ਉਹਦੀ ਬਣ ਕੇ ਬਾਈ ਜੀ ਹੁਣ ਤਾਂ ਸੱਸ ਤੋਂ ਤਾਂ ਹਾਂ ਕਹਾ ਜੀ ਆਪਣਾ ਝੋਨਾ ਤੁਲ ਗਿਆ ਤੇ ਹੁਣ ਗੁਰਪੁਰਬ ਦੀਆਂ ਛੁੱਟੀਆਂ ਹੋਣਗੀਆਂ 3 ਜਵਾਕਾਂ ਨੂੰ ਤੇ ਮੈਂ ਸਾਨੂੰ ਐਂ ਕਹਿੰਦੀ ਸੀ ਮੈਂ ਬੱਚਿਆਂ ਨਾਲ ਲੈ ਕੇ ਪਿੰਡ ਹੀ ਜਾਇਆ ਤੁਸੀਂ ਤਾਂ ਸਾਰਾ ਟੱਬਰ ਕੋਈ ਕਿਤੇ ਕਹਿੰਦਾ ਮੈਂ ਮਾਂ ਕਹਿੰਦੀ ਮੈਂ ਗੋਪਾਲ ਮੋਚਣ ਜਾਣਾ ਠੀਕ ਹੈ ਤੂੰ ਕਹਿੰਦੀ ਮੈਂ ਪਿੰਡ ਜਾਣਾ ਦੂਜੀ ਕਹਿੰਦੀ ਉਹ ਕਹਿੰਦੀ ਮੈਂ ਜਾਣਾ ਵੀ ਦੱਸੋ ਵੀ ਘਰੇ ਰਹੂ ਕਿਹੜਾ ਮੈਨੂੰ ਇਹ ਵੀ ਦੱਸ ਦਿਓ ਮਾੜੀ ਮੋਟੀ ਮਜਬੂਰੀ ਵੀ ਸਮਝ ਲਓ ਕੋਈ ਪਹਿਲਾਂ ਤਾਂ ਝੋਨਾ ਮਸਾ ਤੋਲਿਆ ਠੀਕ ਹੈ 15 ਦਿਨ ਨਰਮਾ ਨਹੀਂ ਨਿਪੜਿਆ ਕੋਈ ਘਰ ਦੇ ਤਾਂ ਸਾਰੇ ਕੰਮ ਪਿਆ ਠੀਕ ਹੈ ਤੁਹਾਨੂੰ ਸਾਰੇ ਪਾਸੇ ਜੋ ਸਾਰਾ ਟੱਬਰ ਜਾਣ ਲੱਗ ਗਿਆ ਤੇ ਘਰੇ ਰਹੂ ਕੌਣ ਮਾਂ ਤਾਂ ਮੇਰੀ ਗੱਲ ਸੁਣੋ ਜੀ ਮਾਂ ਨੇ ਤਾਂ ਕਿਹਾ ਹੀ ਨਹੀਂ ਵੀ ਮੈਂ ਗੋਪਾਲ ਮੋਚਣ ਜਾਣਾ ਨਾਲੇ ਮਾਂ ਦੀ ਤਾਂ ਨਾ ਗੋਡਿਆਂ ਦੀ ਦਵਾਈ ਚੱਲਦੀ ਹੈ ਮਾਂ ਨਹੀਂ ਜਾਂਦੀ ਹੈ ਇੱਥੇ ਨਾ ਇਹ ਚੀਜ਼ਾਂ ਨਹੀਂ ਜਾਂਦੀ ਪਹਿਲਾਂ ਮੇਰੇ ਨਾਲ ਗੱਲ ਹੋ ਕੇ ਆਈ ਸੀ ਉਹਨੂੰ ਕਹਿੰਦੇ ਮੈਨੂੰ ਪੈਸੇ ਲਿਆ ਕੇ ਦੇ ਦੇ ਮੈਂ ਗੋਪਾਲ ਮੋਚਣ ਜਾਣਾ ਕਹਿੰਦੀ
अच्छा हाँ मां ने जाना ते मां ने ते सानू दस्या भी नहीं भी मैं गोपाल मोचन जाना है मेरे तो समझी छोटी कहती सी कहती भैने मैं पिंड जाना मैं अपनी मम्मी है तो हैगी है ते आपा जवाकां नूं लैके नाल जा ही बणांगा ते दोनों मां पुत रह जाणगे तेरे वाला बंदा तो छुट्टी आउंदा हुण किहड़ा हुआ आऊगा उहदे कोई ना जे तो कोई घरे रहूगा तो देख लो नहीं मैं तो लगता कोई घरे तो रहिंदा नहीं फिर मैं कल्ला दस किधर तुरिया फिरदा रहूंगा ਤੁਸੀਂ ਵੀ ਨਾ ਜੀ ਨਾਲ ਤਾਂ ਤੁਸੀਂ ਮੈਨੂੰ ਪਹਿਲਾਂ ਦਿਵਾਲੀ ਵੇਲੇ ਤਾਂ ਮੈਂ ਤਾਂ ਨਹੀਂ ਗਈ ਵੀ ਬੜੇ ਦਿਨਾਂ ਦੇ ਦਿਨ ਜਾਂਦੇ ਨਹੀਂ ਹੁੰਦੇ ਉਹ ਤਾਂ ਮੈਂ ਸਿਆਣ ਵਾਲੀ ਗੱਲ ਕਰੀ ਹੁਣ ਜੇ ਛੁੱਟੀਆਂ ਆਈਆਂ ਫਿਰ ਗਾਂ ਤੁਸੀਂ ਸਿਆਲ 'ਚ ਫੇਰ ਨਹੀਂ ਜਾਣ ਦਿੰਦੇ ਚੱਲ ਦੇਖ ਲਾ ਭਾਈ ਲੋਟ ਦੇਖ ਲਾ ਉਹਦਾ ਜੇ ਜਾਣਾ ਫਿਰ ਨਹੀਂ ਸਰਦਾ ਤਾਂ ਵਗ ਜਾ ਫਿਰ ਮੈਂ ਕੀ ਕਹਿ ਸਕਦਾ ਇਹ 'ਚ ਤੇ ਫਿਰ ਮੈਨੂੰ ਪੈਸੇ ਪੂਸੇ ਤਾਂ ਦਿਓ ਨਾਲੇ ਜਵਾਕਾਂ ਦੀ ਉੱਧਰ ਆਉਂਦੀ ਹੋਈ ਵਰਦੀ ਗੁਰਦੀ ਲਿਆਉਂਗੀ ਚੰਗਾ ਚੱਲ ਕੋਈ ਨਾ ਕਰਦਾ ਪੈਸੇ ਦਾ ਹੱਲ ਵੀ ਕਰਦਾ ਕੋਈ ਨਾ ਤੇ ਨਾਲੇ ਨਾ ਮੈਂ ਚਾਹ ਧਰੀ ਬੈਠੀ ਹਾਂ ਤੇ ਹੱਥ ਜੇ ਧੋ ਕੇ ਚਾਹ ਪੀ ਲਓ ਚੰਗਾ ਪੀਣਾ ਫੋਟ सारा टब्बर ते मूंह अड अड हो गए फिर दस घर च कित्थे बरकत होगी घरे दा रहना नहीं कम नहीं करना पैसा सारा नूं चाहीदा अड अड किनू किनू पैसे दे चलना बुढ़ी कहिंदी मैनू अड दे इह कहिंदी मैनू अड दे दस भी दस कि मैं बैंक मैनेजर लगे हैं चार चार फसल दे पैसे आउंदे इह तां पूरे सूरी नहीं आउंदे ਇਹਦਾ ਕੋਨਾ ਖਰਚਾ ਖਾ ਜਾਂਦੀ ਹੈ ਬੜਾ ਮੱਥਾ ਮਾਰੀ ਇਹਨੇ ਚਲੋ ਸ਼ੇਰਾ ਜਿਹਾ ਜੇ ਤੇਰਾ ਕਰਮਾਂ 'ਚ ਲਿਖਿਆ ਮਾਰੀ ਚਲ ਮੱਥਾ ਆ ਪਾ ਲਾ ਨੀਰਾ ਚਾਰਾ ਇਹਨਾਂ ਨੂੰ ਚੋਵਾਂਗੇ ਹੱਥ ਨੇ ਰੋਕੀ ਨੂੰ ਕਹਿ ਦਾਂਗੇ ਯਾਰ ਵੀ 5000 ਰੁਪਇਆ ਦੇ ਦੇ ਹੋਰ ਕੀ ਕਹੂੰਗਾ ਧੋਤੇ ਮਨਪ੍ਰੀਤ ਕੱਪੜੇ ਹਾਂਜੀ ਦੀ ਕੱਪੜੇ ਤਾਂ ਧੁੱਪ ਗਏ ਅੱਛਾ ਬਸ ਆਹ ਵੀ ਧੋਤੀ ਨੇ ਤੇ ਮੈਂ ਤੈਨੂੰ ਇੱਕ ਗੱਲ ਹੋਰ ਦੱਸਦੀ ਸੀ ਤੈਨੂੰ ਕਿਸੇ ਗੱਲ ਦਾ ਪਤਾ ਲੱਗਿਆ ਹੁਣ ਕੀ ਹੋ ਗਿਆ ਹੋਣਾ ਕੀ ਸੀ ਆਪਣੀ ਮੰਮੀ ਤਾਂ ਨਾ ਗੋਪਾਲ ਮੋਚਨ ਜਾਂਦੀ ਹੈ ਅੱਛਾ ਮੈਨੂੰ ਤਾਂ ਅੱਜ ਤੇਰੇ ਵੀਰੇ ਤੋਂ ਪਤਾ ਲੱਗਿਆ ਜਦੋਂ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਂ ਨਾ ਜਵਾਕਾਂ ਦੀ ਵਰਦੀ ਲਿਆਉਣੀ ਹੈ ਅਤੇ ਮੈਨੂੰ ਪੈਸੇ ਦੇ ਦੇ ਮੈਨੂੰ ਤਾਂ ਪਤਾ ਨਹੀਂ ਭੈਣੇ ਮੈਨੂੰ ਤਾਂ ਤੁਹਾਡੇ ਤੋਂ ਸੁਣਨ ਨੂੰ ਮਿਲ ਰਿਹਾ ਆਹ ਤਾਂ ਮੰਮੀ ਨੇ ਬਾਲਾ ਹੀ ਮਾੜਾ ਕਰਿਆ ਮਾੜੇ ਵਰਗਾ ਮਾੜਾ ਇੱਦੂ ਮਾੜਾ ਕੀ ਹੋਊਗਾ ਫਿਰ ਪਹਿਲਾਂ ਛੁੱਟੀਆਂ ਜਵਾਕਾਂ ਦੀਆਂ ਲੰਘ ਗਈਆਂ ਪੇਪਰ ਹੋ ਕੇ ਹਟੇ ਸੀ ਉਦੋਂ ਤਾਂ ਚੱਲ ਆਪਾਂ ਐਂ ਸੋਚ ਲਿਆ ਵੀ ਸਾਫ਼ ਸਫਾਈ ਕਰਨੀ ਹੈ ਵੀ ਦਿਵਾਲੀ ਆਉਣ ਵਾਲੀ ਹੈ ਦਿਵਾਲੀ ਵੇਲੇ ਤੈਨੂੰ ਪਤਾ ਹੀ ਹੈ ਬੜੇ ਦਿਨਾਂ ਦੇ ਦਿਨ ਕੌਣ ਜਾਂਦਾ ਹੁੰਦਾ ਹੁਣ ਨਾ ਗੁਰਪੁਰਬ ਦੀਆਂ 3-4 ਛੁੱਟੀਆਂ ਸੀ ਤੈਨੂੰ ਪਤਾ ਦਸੰਬਰ 'ਚ ਆਪਾਂ ਨੂੰ ਆਏ ਨਹੀਂ ਜਾਣ ਦਿੰਦੇ ਵੀ ਭਾਈ ਠੰਡ ਵਾਲੀ ਹੈ ਧੁੰਦਾਂ ਦੀ ਰੁੱਤ ਹੈ ਵੀ ਘਰ ਬੈਠੇ ਰਹੋ ਵੀ ਜਵਾਕ ਬਿਮਾਰ ਹੋ ਜਾਣਗੇ ਉਹ ਤਾਂ ਹੈ ਨਾਲੇ 5000 ਰੁਪਇਆ ਲੈ ਰਹੇ ਰੱਬ ਦਾ ਨਾਂ ਇੰਨੇ ਪੈਸੇ ਦੱਸ ਮੰਮੀ ਨੇ ਕੀ ਕਰਨੇ ਆ ਨਾਲੇ ਚੰਗੀ ਬੜੀ ਮੰਮੀ ਦੀ ਦਵਾਈ ਚੱਲੀ ਹੈਗੀ ਮੰਮੀ ਨੂੰ ਸਭ ਪਤਾ ਫਿਰ ਵੀ ਮੰਮੀ ਨੇ ਜਾਣ ਬੁੱਝ ਕੇ ਪੰਗੇ ਲੈਂਦੀ ਹੈ ਨਾਲੇ ਮੈਨੂੰ ਇੱਕ ਗੱਲ ਦੀ ਐਂ ਸਮਝ ਨਹੀਂ ਆਉਂਦੀ ਵੀ ਮੰਮੀ ਦੇ ਗੋਡੇ ਗਿੱਟੇ ਦੁੱਖਦੇ ਆ ਅਤੇ ਮੰਮੀ ਇੰਨਾ ਸਫ਼ਰ ਕਿਵੇਂ ਤੈਅ ਕਰ ਲੂ ਬਸ ਕੁਛ ਨਹੀਂ ਜਦੋਂ ਵੜੀਆਂ ਕਰਨੀਆਂ ਹੁੰਦੀਆਂ ਨੇ ਪਤਾ ਲੱਗ ਗਿਆ ਹੁਣ ਵੀ ਆਪਾਂ ਜਾਣਾ ਗਾ ਤਾਂ ਹੀ ਐਂ ਕਰਦੀ ਆ ਨਾ ਨਾਲੇ ਅੱਗੇ ਆਏ ਸਾਲ ਮੰਮੀ ਜਦੋਂ ਗੋਪਾਲ ਮੋਚਨ ਜਾਂਦੀ ਹੈ ਅੱਗੇ ਤਾਂ ਕੱਪੜੇ ਸਵਾਉਂਦੀ ਹੁੰਦੀ ਸੀ ਐਤਕੀ ਤਾਂ ਕੋਈ ਤਿਆਰੀ ਤਿਊਰੀ ਵੀ ਨਹੀਂ ਕਰੀ ਕਿ ਆਪਾਂ ਨੂੰ ਹੀ ਨਹੀਂ ਪਤਾ ਉਹ ਆਪਾਂ ਨੂੰ ਕਿੱਥੇ ਪਤਾ ਲੱਗਣ ਦਿੰਦੀ ਆ ਊਂ ਤਾਂ ਜੇ ਕਹਿ ਦੇ ਪਿੰਡ 'ਚ ਮੰਮੀ ਇਹਨਾਂ ਨੇ ਜਾਇਆ ਉਹਨਾਂ ਨੇ ਜਾਇਆ ਅਤੇ ਜਦੋਂ ਚੀਜ਼ ਫੜ ਲਿਆ ਤਾਂ ਰਿਸ਼ਤੇਦਾਰੀ ਕਹੂਗੀ ਮੇਰੇ ਤਾਂ ਗੋਡੇ ਦੁੱਖਦੇ ਆ ਹੈ ਜਦੋਂ ਊਂ ਇਹੋ ਜਿਹੇ ਕੰਮ ਨੂੰ ਬਥੇਰਾ ਗਈ ਸੀ ਕੱਲ੍ਹ ਪਰਸੋਂ ਵੀ ਅੱਛਾ ਕਿੱਥੇ ਆਹੋ ਤੁਹਾਨੂੰ ਕੀ ਪਤਾ ਲੱਗਦਾ ਤੁਸੀਂ ਤਾਂ ਡੰਗਰ ਵਾਲੇ 'ਚ ਫਰੀ ਜਾਂਦੇ ਹੋ ਫਿਰ ਡੰਗਰ ਵਾਲਾ ਹੁਣ ਕੌਣ ਕਰੇ ਨਾਲੇ ਮੈਨੂੰ ਤਾਂ ਆਏ ਸੀ ਵੀ ਹੁਣ ਆਪਣਾ ਝੋਨਾ ਵੀ ਵਿਕ ਗਿਆ ਅਤੇ ਬਸ ਇਕੱਲਾ ਰਹਿ ਗਿਆ ਆਹ ਨਰਮੇ ਦੀ ਦਵਾਈ ਦਾ ਕੰਮ ਉਹ ਕਿਹੜਾ ਆਪਾਂ ਕਰਨਾ ਅਤੇ ਉਹ ਬੰਦੇ ਨੇ ਚੁਗਣਾ ਤਾਂ ਚੁਗਣ ਵਾਲਿਆਂ ਨੇ ਉਹੀ ਤਾਂ ਗੱਲ ਆ ਮੰਮੀ ਨੂੰ ਤਾਂ ਨਾ ਜਮੀ ਨਹੀਂ ਹੈਗਾ ਗਾ ਚੱਲ ਕੋਈ ਨਾ ਗੱਲ ਕਰਕੇ ਦੇਖ ਲਓ ਜੇ ਮੰਨਦੀ ਆ ਪਰ ਫਿਰ ਮੰਨਦੀ ਨਾਲੇ ਮੇਰੀ ਗੱਲ ਸੁਣਾ ਆਈ ਵਾਰ ਆਪਾਂ ਨੂੰ ਮੰਮੀ ਨਾਰੇ ਲਾ ਦਿੰਦੀ ਹੈ ਵੀ ਚੱਲ ਕੋਈ ਨਾ ਭਾਈ ਹੁਣ ਤਾਂ ਜਵਾਕਾਂ ਦੇ ਪੇਪਰ ਆ ਫਿਰ ਤੈਨੂੰ ਪਤਾ ਮੂਹਰੇ ਆਪਾਂ ਜਵਾਕਾਂ ਦੀ ਟਿਊਸ਼ਨ ਰਖਾਉਣੀ ਹੈ ਜਦੋਂ ਟਿਊਸ਼ਨ ਰਖਾ ਦੇ ਇੱਕ ਅੱਧੇ ਦਿਨ ਦਾ ਵੀ ਔਖਾ ਹੋ ਜਾਂਦਾ ਥੋੜ੍ਹੀ ਤੈਨੂੰ ਖੰਘ ਜਿਹੀ ਹੋਈ ਪਈ ਹੈ ਪੁੱਛੋ ਨਾ ਬਸ ਆਈ ਹੋਈ ਪਈ ਆ ਮੈਨੂੰ ਐਸੀ ਚੱਲ ਪਿੰਡ ਜਾਊਂਗੀ ਦਵਾਈ ਲੈ ਆਊਂਗੀ ਮੰਮੀ ਨਾਲ ਗੱਲ ਹੀ ਕਰਕੇ ਦੇਖ ਲਓ ਜੇ ਮੰਨਦੀ ਆ ਤਾਂ ਹੋਰ ਗੱਲ ਤਾਂ ਮੈਂ ਕਰਕੇ ਦੇਖੂੰਗੀ ਮੈਨੂੰ ਤਾਂ ਸਮਝਦੀ ਅੱਗੇ ਤਾਂ ਮੰਮੀ ਆਪਣੇ ਨਾਲ ਰਹਿ ਕਰਦੀ ਹੁੰਦੀ ਐਤਕੀ ਆਪਣੇ ਨਾਲ ਰਹਿ ਹੀ ਨਹੀਂ ਕਰੀ ਕਿ ਤੈਨੂੰ ਪੁੱਛ ਲਿਆ ਨਾ ਨਾ ਮੈਨੂੰ ਕਿੱਥੇ ਪੁੱਛ ਲਿਆ ਤੁਸੀਂ ਗੱਲ ਕਰ ਲਿਓ ਨਾਲੇ ਮੇਰਾ ਤਾਂ ਨਾ ਚਿੱਤ ਜਾ ਨਹੀਂ ਠੀਕ ਹੈਗਾ ਗਾ ਚੱਲ ਕੋਈ ਨਾ ਮੈਂ ਤੈਨੂੰ ਐਂ ਕਹਿੰਦੀ ਸੀ ਤੂੰ ਨਾ ਉਹ ਕਾੜਾ ਜਿਹਾ ਬਣਾ ਕੇ ਪੀ ਲਾ ਆਹ ਹੁਣ ਨਾ ਜਿਹੜੀ ਗਰਦ ਗੁਰਦ ਚੜ੍ਹਦੀ ਆ ਉਹਦੇ ਨਾਲ ਖੰਘ ਜ਼ੁਕਾਮ ਹੋ ਜਾਂਦਾ ਹੁੰਦਾ ਹੋਰ ਮੈਨੂੰ ਤਾਂ ਬਾਹਲਾ ਹੋਇਆ ਪਿਆ ਆਹ ਮੰਮੀ ਪਤਾ ਨਹੀਂ ਕੀ ਕਰੂਗੀ ਆਹ ਸਫ਼ਰ ਦੇ ਵਿੱਚ ਦੇਖੀ ਮੰਮੀ ਦਾ ਹੁਣ ਜਮੀ ਕੁੰਡਾ ਹੋ ਕੇ ਆਊਗਾ ਮੁੜ ਕੇ ਆ ਕੇ ਇੱਥੇ ਪਈ ਰਹਿੰਦੀ ਆ
ਕੁੜੇ ਮੇਰੀਆਂ ਲੱਤਾਂ ਦੱਬ ਦੋ, ਕੁੜੇ ਮੇਰੀਆਂ ਬਾਹਾਂ ਦੱਬ ਦੋ, ਕੁੜੇ ਮੇਰਾ ਸਿਰ ਦੱਬ ਦੋ, ਫਿਰ ਆਹ ਕੁਛ ਚੱਲੂਗਾ। ਚਾਰ ਦਿਨ ਟਲਕ ਹੀ ਜਾਵਾਂਗੇ ਪਰ ਵਧੀਆ। ਹੋਰ ਨਾਲੇ ਮੇਰੀ ਗੱਲ ਸੁਣ, ਹੁਣ ਜਦੋਂ ਬੰਦਾ ਏਡਾ ਬਜ਼ੁਰਗ ਹੋ ਜਾਵੇ ਨਾ, ਕਿਤੇ ਜਾਣਾ ਨਹੀਂ ਚਾਹੀਦਾ, ਤੀਰਥ ਇਸ਼ਨਾਨ ਸਭ ਘਰੇ ਹੀ ਆ। ਉਹੀ ਤਾਂ ਗੱਲ ਆ, ਇਹਦਾ ਮੰਮੀ ਨੂੰ ਸਮਝ ਨਹੀਂ ਆਉਂਦੀ। ਚੱਲ ਕੋਈ ਨਾ, ਤੁਸੀਂ ਗੱਲ ਕਰਕੇ ਦੇਖ ਲਿਓ, ਮੈਂ ਤਾਂ ਠੀਕ ਹੈ ਨਹੀਂ ਹੈਗੀ। ਹੁਣ ਚੱਲ ਆਏ ਸੀ ਵੀ ਦੁੱਖ ਦਾ ਸੁੱਖ ਦਾ ਨਾ ਹੁੰਦਾ ਤਾਂ ਬੰਦਾ ਜਾ ਵੜਦਾ ਹੁੰਦਾ, ਦੁੱਖ ਦੇ ਸੁੱਖ ਦੇ 'ਚ ਨਾ ਲਾਂਭੇ ਵਾਲੀ ਗੱਲ ਹੋ ਜਾਂਦੀ। ਜਿਹੜਾ ਨਾਲ ਜਾਊਗਾ ਅਗਲਾ ਵੀ ਕਹੂਗਾ ਵੀ ਭਾਈ ਸਾਨੂੰ ਚੱਜ ਨਾਲ ਮੱਥਾ ਨਹੀਂ ਟੇਕਣ ਦਿੱਤਾ। ਇਹ ਤਾਂ ਹੈ, ਹੁਣ ਮੰਮੀ ਨੂੰ ਕੌਣ ਸਮਝਾਵੇ? ਮੰਮੀ ਨੂੰ ਅਸੀਂ ਤਾਂ ਸਮਝ ਨਹੀਂ ਆਉਂਦੀ ਹੈਗੀ। ਤੁਹਾਨੂੰ ਵੀਰੇ ਨੇ ਕੁਛ ਹੋਰ ਨਹੀਂ ਦੱਸਿਆ? ਮੰਮੀ ਨੂੰ ਹੋਰ ਤਾਂ ਕੁਛ ਨਹੀਂ ਦੱਸਿਆ। ਚੱਲ ਮੈਂ ਗੱਲ ਕਰਕੇ ਵੇਖਦੀ ਹਾਂ, ਕੀ ਪਤਾ ਮੰਮੀ ਨਾ ਹੀ ਜਾਵੇ, ਬਾਈ ਨੇ ਤੇਰੇ ਨੂੰ ਹੀ ਕਹਿਤਾ ਹੋਵੇ ਮੈਨੂੰ। ਚੱਲ ਕੋਈ ਨਾ, ਪੁੱਛ ਕੇ ਦੇਖ ਲਓ ਫਿਰ ਮੈਨੂੰ ਦੱਸਿਓ ਕੀ ਕਹਿੰਦੇ। ਚੱਲ ਮੈਂ ਪੁੱਛਦੀ ਹਾਂ। ਪਤਾ ਨਾ ਹੋਰ ਹੀ ਕੁਛ ਹੋ ਗਿਆ, ਮੈਂ ਮੰਮੀ ਨੂੰ ਕੀ ਲੋੜ ਦੀ ਵੀ ਜਦੋਂ 5000 ਰੁਪਏ ਮੰਗਣ ਦੀ। ਮੈਨੂੰ ਕਹਿ ਦਿੰਦੀ ਮੈਂ ਚੋਰੀਓ ਦੇ ਦਿੰਦੀ, ਹੈ ਜਮੀ ਹੱਦ ਹੋਈ ਪਈ ਆ। ਆ ਹੁਣ ਵੀਰੇ ਨੇ ਚੋਤੀ ਦੀਦੀ ਦੇ ਕੰਨ ਦੇ ਵਿੱਚ, ਹੁਣ ਦੀਦੀ ਜਾ ਕੇ ਉਹਨੂੰ ਪੁੱਛੂਗੀ, ਜੇ ਉਹਨੇ ਕੁਛ ਕਹਿਤਾ ਫਿਰ ਮੇਰੇ ਜੁੱਤੀਆਂ ਪੈਣਗੀਆਂ ਵੀ ਤੂੰ ਦੋਨੇ ਪਾਸੇ ਉਹਲੇ ਰੱਖਦੀ ਫਿਰਦੀ ਆ। ਮੰਮੀ ਤਾਂ ਨਾ ਜੰਮੀ, ਮੰਮੀ ਦਾ ਤਾਂ ਗੱਲ ਹੀ ਨਹੀਂ ਪੱਚਦੀ, ਪਤਾ ਨਹੀਂ ਕਿਹੋ ਜਿਹਾ ਹਾਜ਼ਮਾ ਲੈ ਕੇ ਜੰਮੀ ਆ ਗਈ। ਚੱਲ ਕੋਈ ਨਾ ਦੇਖਦੀ ਹਾਂ, ਪਰ ਮੰਮੀ ਗੱਲ ਨਾ ਕਰੇ। ਜੇ ਮੰਮੀ ਨੇ ਗੱਲ ਕਰਤੀ ਨਾ ਦੀਦੀ ਨੇ ਕਹਿਣਾ ਉਹ ਤਾਂ ਤੂੰ ਮੇਰੇ ਨਾਲ ਸਲਾਹਾਂ ਕਰਦੀ ਸੀ, ਹੈ ਸਾਡੇ ਗੁਆਂਢੀ ਤੂੰ ਮੰਮੀ ਨਾ ਕਰਕੇ ਬਹਿ ਗਈ, ਤਾਂ ਹੀ ਤਾਂ ਮੈਂ ਨਾਲ ਨਹੀਂ ਪਈ ਹੈਗੀ। ਚੱਲ ਕੋਈ ਨਾ ਦੇਖਦੀ ਹਾਂ, ਕਿਤੇ ਹੋਰ ਨਾ ਮੰਮੀ ਮੇਰਾ ਭਾਂਡਾ ਭੰਨ ਦੇ, ਇਹਦਾ ਕੀ ਜਾਊਗਾ, ਮੁੜ ਕੇ ਬਰਤਨਾਂ ਤਾਂ ਮੈਂ ਹੀ ਹਾਂ ਇਹਨਾਂ ਨਾਲ। ਆਲੂ ਦੀ ਸਬਜ਼ੀ ਬਣਾਉਂਗੇ ਮੰਮੀ ਅੱਜ? ਹਾਂ ਮੈਂ ਆਖਿਆ ਇਹੀ ਧਰ ਲਵਾਂਗੇ ਫਿਰ ਬਾਹਰੇ ਦਿਨਾਂ ਦੀ ਉਹ ਵੇਖ। ਅੱਛਾ, ਉਹ ਤਾਂ ਇਹ ਜਵਾਕ ਜੇ ਖਾ ਕੇ ਖੁਸ਼ ਨਹੀਂ। ਕਿਆ ਪਾ, ਕੋਈ ਨਹੀਂ, ਪਾਲਕ ਰੱਖੀ ਉੱਠਿਆ ਰੰਗ ਬਾਜ ਜੂਗਾ, ਪਾਲਕ ਪਨੀਰ ਬਣਾ ਲਾਂਗੇ ਜਵਾਕਾਂ ਵਾਸਤੇ ਤਾਂ। ਆਹੋ ਆ ਪਾਲਕ ਜੀ ਵੀ ਕੱਟਤੀ ਮੈਂ। ਸਾਨੂੰ ਐਂ ਕਹਿੰਦੀ ਸੀ, ਮੈਂ ਕਿਹਾ ਮਨਪ੍ਰੀਤ ਮੈਨੂੰ ਕਹਿੰਦੀ ਵੀ ਮੈਂ ਪਿੰਡ ਜਾਂਦੀ ਹਾਂ, ਮੈਨੂੰ ਮੰਮੀ ਭੇਜਦੀ ਹੈ, ਤੁਸੀਂ ਕਿਹਾ ਜੀ ਉਹਨੂੰ ਪਿੰਡ ਜਾਣ ਵਾਸਤੇ? ਪਿੰਡ ਜਾਣਾ? ਹਾਂਜੀ, ਪਿੰਡ ਜਾਣ ਵਾਲੀ ਕਿਹੜੀ ਰੁੱਤ ਹੈ, ਇੰਨੇ ਧੰਦੇ ਪਏ ਆ ਕਰਨ ਵਾਲੇ, ਤੇ ਮੈਂ ਤਾਂ ਅੱਗੇ ਗੋਪਾਲ ਹੋ ਜਾਣ ਤੁਰਨਾ 5 ਵਜੇ, ਮੈਂ ਕਿਉਂ ਕਹੂੰਗੀ ਪਹਿਲਾਂ ਵੀ ਪਿੰਡ ਵਗ ਜਾ ਤੂੰ। ਅੱਛਾ ਹਾਂ, ਨਾ ਤੁਸੀਂ ਉਹ ਜਾਣ ਵਾਲੇ ਦੱਸਿਆ, ਅੱਗੇ ਤਾਂ ਤੁਸੀਂ ਰਹਿ ਪਹਿਲਾਂ ਕਰਦੇ, ਇਹ ਕਿ ਤੁਸੀਂ ਤੁਰਤੀ ਬਣਾ ਲਈ ਰਹਿ। ਮੈਂ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਮੈਂ ਤਾਂ ਆਪਦਾ ਜਾਣੇ ਆਏ ਸਭ ਜਾਂਦੀ ਹਾਂ। ਜਦੋਂ ਜੇ ਹੁਣ ਬੰਦਾ ਉਹਦਾ ਬਾਹਰ ਰਹਿੰਦਾ ਹੈ ਉਹਨੂੰ ਰੋਜ਼ ਤਾਂ ਨੀ ਹੁਣ ਆਏ ਤੋਰੀ ਫਿਰਾਂਗੇ ਆਪਾਂ, ਮੈਂ ਕਿਉਂ ਕਹੂੰਗੀ ਉਹਨੂੰ ਜਾਣ ਨੂੰ, ਤੇਰੀ ਵਾਰੀ ਹੈ ਸੰਗਾ, ਤੂੰ ਜਾ ਮਿਲਿਆ। ਬਾਹਲੀ ਲੋੜ ਵੀ ਨੀ ਹੈ। ਜੇ ਮੰਮੀ ਉਹਨੇ ਵੀ ਤੁਹਾਡੇ ਗਿਆਨ ਬਾਅਦ ਆਪ ਕਰ ਲਈ ਤਿਆਰੀ ਵੀ ਮੈਂ ਜਾਣਾ ਪਿੰਡ, ਫਿਰ ਕੀ ਕਰੂ ਲਾ ਆਏ ਕਿਵੇਂ ਤਿਆਰੀ ਕਰ ਲੂਗੀ? ਤੂੰ ਸੰਗਾ ਆਪਦੇ ਭਰਾ ਨੂੰ ਫੋਨ ਕਰ ਦੇ, 8 ਵਜੇ ਤੋਂ 5 ਵਜੇ ਮੈਂ ਤਾਂ ਤੁਰ ਜੂਗੀ। ਹਾਂਜੀ, ਤੇ ਉਹ ਤੈਨੂੰ 8 ਵਜੇ ਆ ਕੇ ਜਾ ਹੈਪੀ ਛੱਡਿਆਊਗਾ, ਤੇ ਜਾ ਤੇਰੇ ਭਰਾ ਨੂੰ ਫੋਨ ਕਰ ਦੇ, ਤੈਨੂੰ 8 ਵਜੇ ਆ ਕੇ ਲੈ ਜੂਗਾ। ਮੇਰੇ ਮਗਰੀ ਤੁਰ ਜੀ, ਉਹ ਤਾਂ ਹਜੇ ਰਹੀ ਕਰੂਗੀ, ਤੇ ਤੂੰ ਉਦੋਂ ਪਹਿਲੇ ਤੁਰ ਜੀ, ਆਪਦੀ ਹਿੰਮਤ ਹੈ ਦੇਣ, ਨੇਰੇ ਉੱਠ 'ਚ ਕੰਮ ਨਿਬੇੜੀ, ਤੇ ਉਹਦਾ ਹਜੇ ਸੁੱਤੀ ਤੈਨੂੰ ਪਤਾ ਹੈ 8 ਵਜੇ 9 ਵਜੇ ਤਾਂ ਅੰਦਰੋਂ ਹੀ ਨਿਕਲਦੀ ਹੈ, ਕਿ ਉਹਨੂੰ ਕਿਹੜਾ ਬੰਦੇ ਦੀ ਕਾਹਲ ਹੁੰਦੀ ਹੈ। ਹਾਂਜੀ, ਤੂੰ ਉੱਠਦੀ ਹੈ 4 ਵਜੇ, ਤੈਨੂੰ ਹੁਣ ਤੂੰ ਹੁਣ ਮੈਨੂੰ ਵੀ ਤੋਰੇਂਗੀ, ਤੇ ਤੂੰ 4 ਵਜੇ ਉੱਠ ਕੇ ਆਗ ਕਰਕੇ ਚਾਹ ਪਾਣੀ ਤੇ ਜਾ ਹੈ ਪਿੰਡ ਵਜੇ ਤਾਰੇ ਉਹ ਭੱਜ ਗਏ। ਠੀਕ ਹੈ, ਹਾਂ ਤੇ ਚਲ ਮੰਮੀ ਮੈਂ ਕੱਪੜੇ ਕੁੱਪੜੇ ਪਾ ਕੇ ਰੱਖ ਲਾਂ ਹਾਂ। ਆਹੋ ਆਪਦੇ ਪਾ ਕੇ ਰੱਖ ਲਾ, ਪੜ ਦੇ ਨਾਲ। ਠੀਕ ਹੈ, ਚਲੋ ਜ਼ਰੂਰੀ ਹੈ ਹੁਣ ਉਹਨੂੰ ਵੀ ਸਾਜ ਸ਼ੋ ਦਵਾਉਣੀ ਹੈ। ਆਪਾਂ ਤਾਂ ਤੜਕੇ 5 ਵਜੇ ਉੱਠ ਜਾਵਾਂਗੇ, ਆਪਦੇ ਮਗ ਕੁੱਕੜਾਂ ਵਾਂਗੂ ਲੜੀ ਜਾਣਗੀਆਂ ਆਪਾਂ ਕੀ ਲੈਣ, ਕਿਤੇ ਉਹ ਆ ਕੇ ਬਹਿ ਜਾਂਦੀ ਹੈ ਕੋਲ ਮੈਂ ਜਾਣਾ, ਕਿਤੇ ਉਹ ਆ ਕੇ ਬਹਿ ਜਾਂਦੀ ਹੈ ਮੈਂ ਜਾਣਾ, ਮੈਂ ਕੋਈ ਲੜਾਵਾਂ ਸੋਨੂੰ ਆਪਦੀ, ਜਦੋਂ ਤਾਂ ਸੱਸ ਦੀਆਂ ਚੁਗਲੀਆਂ ਕਰਦੀਆਂ ਹੁਣ ਤਾਂ ਸਿਰ ਜ਼ੋਰ ਜ਼ੋਰ ਕਰ ਦੇਵਾਂ, ਹੁਣ ਮੇਰੇ ਨਾਲ ਆਇਆ ਲੈਂਦੀਆਂ। ਚੜਾ ਕੇ ਆਉਂਗੇ ਉੱਥੇ ਸਵਾਰੀਆਂ ਬੈਠੀਆਂ ਹੋਈਆਂ। ਚੰਗਾ ਮੈਂ ਕਹਿੰਦੀ ਸੀ, ਹਾਂਜੀ ਮਾਂ ਤੂੰ ਨਾ ਬਗ ਜੀ ਬਸ ਕੰਮ ਤਾਂ ਹੋਏ ਪਏ ਸਾਰੇ,
ਤੇ ਨਾਲੇ ਮਜ਼ਦੂਰਾਂ ਦੇ ਕੰਮ ਨੂੰ ਮੇਰਾ ਥੋੜਾ ਤੋਂ ਕੋਈ ਨਾ ਉਹਨੇ ਗੁੱਡੀ ਜਿੱਤੇ ਹੋ ਕੇ ਆਵਾਰ ਇਸ਼ਨਾਨ ਕਰਿਆਓ ਕੋਈ ਨਾ ਤੁਸੀਂ ਪਿੱਛੇ ਵੀ ਕਰਨਾ ਪਵੇ ਚੂਰ ਨੂੰ ਚੁੱਪੇ ਹੋਈ ਜਾਂਦੇ ਨਾ ਜਿਹਨੂੰ ਕਦੇ ਰਾਤ ਨੂੰ ਉੱਠ ਕੇ ਤੁਸੀਂ ਦੇਖ ਲਓ ਵਾ ਕੋਈ ਨਾ ਜੀ ਹਾਂ ਉਹ ਸਾਨੂੰ ਨਾ ਮਾਰਨ ਮਾਰੀ ਜਾਂਦਾ ਜੀ ਜਾਓ ਲੋ ਚੱਲ ਕੋਈ ਨਾ ਤਾਂ ਸਾਰਾ ਕੁਛ ਪਾਣ ਲੱਗੀਆਂ ਮੈਂ ਮਾਂ ਨੂੰ ਤਾਂ ਨਹੀਂ ਛੱਡਿਆ ਤੇ ਹੁਣ ਨਾ ਮੈਂ ਬੈਗ 'ਚ ਕੱਪੜੇ ਪਾ ਕੇ ਅਤੇ ਤਿਆਰੀ ਕਰ ਲਾ ਹੁਣ ਕੱਪੜੇ ਤਾਂ ਰਾਤ ਮੈਂ ਕੱਢ ਕੇ ਰੱਖਦੇ ਸੀ ਬਸ ਇਕੱਲੇ ਬੈਗ 'ਚ ਹੀ ਪਾਉਣ ਵਾਲੇ ਰਹਿੰਦੇ ਮੈਂ ਪਾ ਹੀ ਦੇਵਾਂ ਉਹਦੇ ਉੱਠਣ ਤੋਂ ਪਹਿਲਾਂ ਪਹਿਲਾਂ ਨਾ ਆਏ ਹਾਂ ਹੁਣ ਤਾਂ 8 ਵਜੇ ਤੋਂ ਪਹਿਲਾਂ ਪਹਿਲਾਂ ਹੀ ਆ ਜਾਊਗਾ ਮੇਰਾ ਭਰਾ ਕੱਪੜੇ ਤਾਂ ਹੁਣ ਉੱਤੇ ਪਾ ਅਤੇ ਹੁਣ ਨਾ ਮੈਂ ਜਵਾਕਾਂ ਨੂੰ ਉਠਾਵਾਂ ਨਾ ਤਾਂ ਉੱਥੇ ਜਾ ਕੇ ਲੈ ਲਈ ਇੱਥੋਂ ਤਾਂ ਇਕੱਲੇ ਮੂੰਹ ਹੱਥ ਧੋ ਕੇ ਤੋੜ ਲਾ ਐਵੇਂ ਤੜਕ ਤੜਕੇ ਠੰਡ ਹੁੰਦੀ ਹੈ ਬਿਮਾਰ ਹੋ ਜਾਣਗੇ ਜਵਾਕ ਇੰਨੇ ਨੂੰ ਉਹਨਾਂ ਦਾ ਮਾਂ ਆ ਜਾਊਗਾ ਅਤੇ ਫਿਰ ਬਸ ਅਸੀਂ ਤਾਂ ਚੱਲ ਨਹੀਂ ਪਵਾਂਗੇ ਤਿਆਰ ਹੋ ਕੇ ਉਹ ਤਾਂ ਹਜੇ ਮਹਾਰਾਣੀ ਸੁੱਤੀ ਤੀ ਕੋਈ ਨਾ ਸੁੱਤੀ ਰਹਿੰਦੀ ਸਾਢੇ 8 ਹੋ ਗਏ ਅਤੇ ਅੱਜ ਮੰਮੀ ਨੇ ਮੈਨੂੰ ਉਠਾਏ ਲੈ ਆਖਿਰ ਮੰਮੀ ਨੇ ਮੈਨੂੰ ਉਠਾਏ ਨਹੀਂ ਮੰਮੀ ਤਾਂ ਸਗੋਂ ਗੋਪਾਲ ਮੁੱਚਣ ਗਈ ਹੋਈ ਆ ਮੇਰੇ ਵੀ ਯਾਦ ਹੀ ਨਹੀਂ ਰਿਹਾ ਹੈਗਾ ਵੀ ਟਾਈਮ ਨਾਲ ਉੱਠੇਗਾ ਮੈਂ ਨਾ ਵੀਰੇ ਨੂੰ ਫੋਨ ਕਰ ਹੀ ਦਿੰਦੀ ਹਾਂ ਮੈਂ ਉਹਨੂੰ ਕਹਿੰਦੀ ਹਾਂ ਮੈਨੂੰ ਲੈਣ ਆ ਜੀ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਹਾਂਜੀ ਹਾਂਜੀ ਸਾਰੇ ਵਧੀਆ ਅਤੇ ਰਾਤ ਮੈਂ ਤੁਹਾਨੂੰ ਫੋਨ ਕੀਤਾ ਸੀ ਨਾ ਵੀ ਵੀਰੇ ਨੂੰ ਭੇਜ ਦਿਓ 9:30 ਨੂੰ ਜਿਹੜਾ 10 ਨੂੰ ਲੈ ਕੇ ਮੈਨੂੰ ਵਾਪਸ ਮੁੜ ਜੇ ਠੀਕ ਹੈ ਬਸ ਫਿਰ ਟਾਈਮ ਨਾਲ ਤੋੜ ਦਿਓ 8:30 ਹੋ ਗਏ ਆਉਂਦੇ ਨੂੰ ਵੀ ਟਾਈਮ ਲੱਗੂਗਾ ਠੀਕ ਹੈ ਮੰਮੀ ਆਪਣੇ ਦੀ ਤਾਂ ਹੈਰਾਨ ਹੀ ਰਹਿ ਜਾਊਗੀ ਵੀ ਮੈਂ ਜਾਣਾ ਮੈਂ ਜਾ ਕੇ ਦੀਦੀ ਨੂੰ ਪੁੱਛਦੀ ਹਾਂ ਕਿਹੜੇ ਕਿਹੜੇ ਕੰਮ ਕਰਦੇ ਅਤੇ ਕਿਹੜੇ ਰਹਿ ਗਏ ਜਵਾਕਾਂ ਨੂੰ ਨਾ ਲੈ ਕੇ ਗਈ ਉਹ ਤਾਂ ਕਹਿੰਦੀ ਮੈਂ 4-5 ਛੁੱਟੀਆਂ ਸੀ ਕਹਿੰਦੀ ਮੈਂ ਚੱਲ ਛੁੱਟੀਆਂ ਕੱਟਾਵਾਂ ਕਹਿੰਦੀ ਮੈਂ ਚੱਲ ਵਗ ਜਾ ਪਿੰਡ ਗਈ ਹੈ ਤੂੰ ਕਾਹਤੋਂ ਬੋਲਾਂ ਮਾਰੀ ਇੰਨੀ ਤੈਨੂੰ ਪਤਾ ਨਹੀਂ ਇਸ ਗੱਲ ਦਾ ਉਹ ਵੀ ਛੁੱਟੀਆਂ ਕੱਟਣ ਹਾਂ ਚੱਲ ਮੈਂ ਧਾਰ ਕੱਢਦਾ ਕੁੜੀਏ ਅਤੇ ਚਾਹ ਬਣਾ ਲਈ ਅਤੇ ਫਿਰ ਮੈਂ ਖੇਤ ਬੰਨੇ ਜਾਣਾ ਹੋਊਗਾ ਠੀਕ ਹੈ ਚੱਲ ਕਰ ਲਾ ਕੰਮ ਠੀਕ ਆ ਬਾਈ ਆਹ ਤਾਂ ਮੇਰੇ ਨਾਲ ਧੱਕਾ ਹੀ ਹੋ ਗਿਆ ਜਮੇ ਜੱਗੋ 13ਵੀਂ ਕਰਤੀ ਮੰਮੀ ਹੈ ਤੈਨੂੰ ਨਹੀਂ ਛੱਡਦੀ